कि प्रशासन वालों हथियारों ते रोक लगाई गई है, पर इस दे बावजूद भी पंजाब दे लोकां दे विच पुलिस प्रशासन का कोई डर नहीं रहा। आए दिन सूबे दे विच गोलियां चलन दियां वारदातां सामने आउंदियां ने। ताजा ते रूह नूं कंबा देण वाला मामला फिरोजपुर दे पिंड गामावाला तो सामने आया, जिथे पिंड दे विच शरेआम विक रहे नशे नूं जदों कुछ नौजवानों दे वल्लों रोकण दी कोशिश की गई तां नशा वेचण वालिया अते नशे नूं रोकण वालिया दे विच झगड़ा हो गया अते पहला इट्टा रोड़े चले, जिसकी वीडियो तक सामने आई है। तो फिर जदों नशा वेचण वालिया ने अपने नजायज़ हथियारों दे नाल गोलियां चलाईया तो गोलियां लगन कारण दो नौजवानों की मौत हो गई है, जिस तों बाद प्रशासन ते वड्डे सवाल खड़े हुंदे ने। फिलहाल इस घटना बारे जानकारी दिंदे होए मृतक नौजवानों दे परिवारक मैंबरां दा की कुछ कहना, आओ सुनदे आं। किहड़ा पिंड है वीरे तुहाडा? गामे वाला जी। ते की रोला की सीगा? रोला जी इन्हां दी पुरानी रंजिश जी ते दूसरा अपना कि इन्हां दा एक दूजे नाल विह हो गया ते असीं दोवें भरा चढ़ के छत ते बई आ चल वेखदे वी की रोला। ਅਤੇ ਉਹਨਾਂ ਸਿੱਧਾ ਵੀ ਸਾਡੇ ਗਾਂ ਸ਼ਰੀਕੇ ਨਾਲ ਸੀਗੀ ਲੜਾਈ ਉਹਨਾਂ ਦੀ, ਅਤੇ ਚਾਚੇ ਤਾਇਆਂ ਦੇ ਮੁੰਡੇ ਸੀ ਉਹ ਵੀ ਜਿਨ੍ਹਾਂ ਨਾਲ ਲੜਾਈ ਸੀ, ਅਤੇ ਉਹਨਾਂ ਸਿੱਧਾ ਸਾਡੇ 'ਤੇ ਆਣ ਕੇ ਅਟੈਕ ਕੀਤਾ ਵੀ ਉਹ ਗੋਲੀਆਂ ਹੀ ਮਾਰ ਲੱਗ ਪਏ, ਅਤੇ ਮੇਰੇ ਬ੍ਰਦਰ 'ਤੇ ਗੋਲੀ ਵੱਜ ਗਈ ਚਾਚਾ ਜੀ ਦੇ ਲੜਕੇ ਦੇ ਛੋਟੇ ਦੇ, ਅਤੇ ਇਹਦੀ ਡੈਥ ਹੋ ਗਈ ਹੈ ਜੀ। ਕੀ ਨਾਮ ਹੈ ਉਹਨਾਂ ਦਾ? ਸੁਰਿੰਦਰ ਸਿੰਘ ਜੀ। ਅਤੇ ਜਿਨ੍ਹਾਂ ਗੋਲੀਆਂ ਚਲਾਈਆਂ ਉਹਨਾਂ ਦਾ ਨਾਮ ਕੀ ਹੈ? ਉਹਨਾਂ ਨਾਲ ਗੁਰਮੇਜ ਸਿੰਘ ਜੀ ਸਰਪੰਚ ਆ ਜੀ ਸਾਹਿਬ, ਅਤੇ ਹਰਬੰਸ ਸਿੰਘ ਸਰਪੰਚ ਆ ਜੀ, ਅਤੇ ਪ੍ਰੇਮ ਸਿੰਘ, ਅਤੇ ਪ੍ਰੇਮ ਸਿੰਘ ਦਾ ਮੁੰਡਾ ਗਗਨ ਜੀ ਅੰਗਰੇਜ਼ ਆ ਜੀ ਉਹਦਾ ਨਾ, ਉਹ ਵੀ ਨਾਲ ਸੀ। ਅਤੇ ਇਹਨਾਂ ਅੱਗੇ ਦਾਮੇ ਇਹਨੇ ਵਾ ਫਾਇਰਿੰਗ ਕਰਤੀ ਸ਼ੁਰੂ, ਅਤੇ ਸਾਰੇ ਬਾਕੀ ਸਾਰੇ ਅਣਪਛਾਤੇ ਨਾਲ ਉਹਨਾਂ ਦੇ ਸ਼ਰੀਕੇਦਾਰੀ 'ਚ ਸਾਰੇ ਸੀਗੇ ਮੁੰਡੇ, ਅਤੇ ਉਹਨਾਂ ਇੱਟ ਰੋੜਾ ਸ਼ੁਰੂ ਕਰਤਾ, ਅਤੇ ਮੈਂ ਤਾਂ ਬਈ ਨੂੰ ਆਪਦੇ ਨੂੰ ਗੱਡੀ 'ਚ ਪਾਇਆ ਅਤੇ ਲੈ ਕੇ ਆਉਣ ਲੱਗਾ, ਅਤੇ ਉੱਤੋਂ ਮੇਰੇ 'ਤੇ ਵੀ ਅਟੈਕ ਕੀਤਾ, ਆ ਮੇਰਾ ਵੀ ਸਾਰਾ ਫੇਸ ਸਾਰਾ ਖਰਾਬ ਕਰਤਾ, ਰੋੜੇ ਮਾਰ ਮਾਰ ਕੇ ਫੈਰ ਵੀ ਮਾਰੀ ਗੱਡੀ 'ਤੇ, ਅਤੇ ਮੈਂ ਤਾਂ ਆਪਦੀ ਜਾਨ ਵੀ ਬਚਾ ਕੇ ਲੈ ਲਈ ਭਾਜੀ, ਸਾਰੀ ਗੱਡੀ ਵੀ ਸਾਡੀ ਟੁੱਟ ਗਈ, ਸਾਰੀ ਗੱਡੀ ਦੇ ਡੰਡ ਲਾ ਤੀ, ਅਤੇ ਮੇਰਾ ਭਰਾ ਮੇਰੇ ਤੋਂ ਸਾਰੀ ਉਮਰ ਦੇ ਵਿੱਚ। ਪਿੰਡ ਗਾਮੇ ਵਾਲੇ ਦਾ ਮਸਲਾ ਹੈ, ਲੜਾਈ ਹੋਈ ਯੂਨਿਟਸ ਨੂੰ ਗੋਲੀ ਲੱਗੀ ਆ ਜੀ, ਜਿਹਦੇ 'ਚ 18 ਤਰੀਕ ਨੂੰ ਇਹਨਾਂ ਗੱਡੀ ਮਾਰੀ ਮੁੰਡੇ ਦੇ ਵਿੱਚ, ਉਹਨੂੰ ਸੱਟਾਂ ਫੇਟਾਂ ਲੱਗੀਆਂ, ਇੱਥੇ ਦਾਖਲ ਕਰਵਾਇਆ ਗਿਆ। ਦਾਖਲ ਕਰਾਉਣ ਦੇ ਬਾਵਜੂਦ ਪ੍ਰਸ਼ਾਸਨ ਨੂੰ ਦਰਖਾਸਤ ਦਿੱਤੀ ਗਈ ਹੈ, ਕੋਈ ਕਾਰਵਾਈ ਨਹੀਂ ਹੋਈ ਜੀ। ਮੁਲਾਜ਼ਮ ਆਏ ਆ ਦੋ, ਸਿੱਧੇ ਇਹਨਾਂ ਦੇ ਘਰ ਗਏ ਆ, ਇਹ ਨਸ਼ਾ ਵੇਚਦੇ ਆ, ਉਹਨਾਂ ਦੇ ਉਹਨਾਂ ਨਾਲ ਹੱਥ ਰਲੇ ਹੋਏ ਆ, ਗੱਲਬਾਤ ਕਰਕੇ ਉਹਨਾਂ ਦੇ ਘਰੋਂ ਹੀ ਮੁੜ ਗਿਆ। ਕੱਲ੍ਹ ਲੜਾਈ ਦਾ ਚਾਂਸ ਹੋਇਆ, ਪ੍ਰਸ਼ਾਸਨ ਨੂੰ ਫਿਰ ਕਾਲ ਕਰਕੇ ਬੁਲਾਇਆ ਗਿਆ ਜੀ। ਮੁਲਾਜ਼ਮ ਸਾਡੇ ਕੋਲ ਬੈਠੇ ਆ, ਸਾਡੀ ਗੱਲ ਸੁਣੀ ਆ, ਉਹਨਾਂ ਦੇ ਘਰ ਗਏ ਆ, ਜਾਣ ਲੱਗੇ ਸਾਨੂੰ ਦੱਸ ਕੇ ਨਹੀਂ ਗਏ ਜੀ। ਹੋਇਆ ਕੀ ਸੀਗਾ ਕੱਲ੍ਹ? ਸਰ ਇਹ ਹੋਇਆ ਕਿ ਉਸ ਤੋਂ ਬਾਅਦ 'ਚ ਇਹਨਾਂ ਬਾਹਰੋਂ ਮੁੰਡੇ ਬਹੁਤ ਸੱਦੇ ਆ ਜੀ, ਸਾਨੂੰ ਨਹੀਂ ਪਤਾ ਵੀ ਕਿੱਥੋਂ ਦੇ ਮੁੰਡੇ ਕਿੱਥੋਂ ਦੇ, ਕੁਛ ਪਤਾ ਜੀਤਾ ਹੈਗਾ ਖਾਈ ਤੋਂ ਜੀ। ਇੰਦਰਜੀਤ ਕੋਲ ਨਜਾਇਜ਼ ਹਥਿਆਰ ਆ, ਜਿਹਦੇ 'ਚ ਫੈਰ ਵੱਜੇ ਆ ਜੀ। ਕਿੰਨੀ ਡੈਥ ਹੋਈ ਹੈ? ਯੂਨਸ ਦੀ ਡੈਥ ਹੋਈ ਹੈ। ਕਿੰਨੇ ਸਾਲ ਉਮਰ ਸੀ? ਹਾਂਜੀ, ਕਿੰਨੇ ਸਾਲ ਉਮਰ ਸੀਗੀ ਉਹਦੀ? 25-26 ਸਾਲ ਦੀ ਹੈ ਜੀ। ਤਾਂ ਕੀ ਮੰਗ ਕਰਦੇ ਹੈਗੇ? ਅਸੀਂ ਮੰਗ ਇਹੀ ਕਰਨੇ ਹਾਂ ਜੀ, ਉਹ ਬੰਦੇ ਫੜੇ ਜਾਣ, ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਏ, ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਏ ਉਹਨਾਂ ਨੂੰ। ਕੀ ਨਾਮ ਹੈ ਤੁਹਾਡਾ, ਕੀ ਲੱਗਦਾ? ਮੇਰਾ ਨਾਮ ਸੁਰਜੀਤ ਆ, ਮੇਰਾ ਬ੍ਰਦਰ ਆ ਜੀ, ਮਾਮਾ ਜੀ ਦਾ ਲੜਕਾ। ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਵੇਂ ਧਿਰਾਂ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਤੇ ਹੀ ਕਾਰਵਾਈ ਕੀਤੀ ਜਾਵੇਗੀ। ਰਹਿਣ ਵਾਲਾ ਜੀ, ਮਸਲਾ ਇਹਨਾਂ ਦਾ ਗਲੀ ਚੋਂ ਲੰਘਣ ਦਾ, ਆਪਸ ਵਿੱਚ ਛੋਟੀ ਛੋਟੀਆਂ ਲੜਾਈ ਝਗੜੇ ਦਾ। ਤੇ ਕੀ ਹੋਇਆ ਕੀ ਹੈ ਸਰ? ਡੈਥ ਹੋਈ ਹੈ ਸਰ, ਗੋਲੀ ਲੱਗੀ ਹੈ ਉਹਨਾਂ ਗੋਲੀ। ਤਾਂ ਕੀ ਸਰ ਮਾਮਲਾ ਜਿਹੜਾ ਦਰਜ ਕੀਤਾ ਜਾ ਰਿਹਾ ਹੈਗਾ? 302 ਦਾ ਮਾਮਲਾ ਦਰਜ ਕੀਤਾ ਜਾ ਰਿਹਾ, ਦਰਜ ਕਰਤਾ। ਸਰ ਪਰਿਵਾਰ ਵੱਲੋਂ ਕਹਿਣਾ ਸੀਗਾ ਕਿ ਇਹ ਨਸ਼ਾ ਜਿਹੜਾ ਦੂਸਰੀ ਹੈਗਾ ਉਹ ਨਸ਼ਾ ਵੇਚਦਾ ਹੈਗਾ ਸੀਗਾ, ਤਾਂ ਜਿਸ ਨੂੰ ਰੋਕਣ ਨੂੰ ਲੈ ਕੇ ਜਿਹੜੀ ਇਹ ਚੀਜ਼ ਦੀ ਲੜਾਈ ਜਿਹੜੀ ਸੀਗੀ ਉਹ ਹੈਗੀ ਸੀ। ਚਲੋ ਹੁਣ ਤਰਾਣੇ ਤਬਦੀਲ ਸਾਹਮਣੇ ਆ ਜਾਏਗੀ ਸਰ, ਦੋਨਾਂ ਧਿਰਾਂ 'ਤੇ ਪਰਚਾ? ਹਾਂ, ਦੋਨਾਂ ਧਿਰਾਂ ਕਰਾਊਸ ਕੇ। ਇਹ ਦੂਸਰੇ ਦਾ ਨਾਮ ਕੀ ਹੈਗਾ ਮਰਨ ਵਾਲੇ ਦਾ? ਸੁਰਿੰਦਰ ਕੌਰ। ਸੁਰਿੰਦਰ, ਅਤੇ ਜਿਹਦੀ ਡੈਡ ਬੋਡੀ ਇੱਥੇ ਪਈ ਆ ਉਹਦਾ ਨਾਮ ਕੀ ਹੈ? ਯੂਨਿਸ। ਦੋਨੋਂ ਹੀ ਗਾਮੇ ਵਾਲੇ ਪਿੰਡ ਦੇ? ਬਿਲਕੁਲ। ਸਕਾਈ ਨਿਊਜ਼ ਪੰਜਾਬ ਦੇ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।
ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।